ਅੱਜ ਦੇ ਵਲੌਗ ਵਿੱਚ ਜਾਵਾਂਗੇ ਆਪਾਂ, ਕੋਈ ਮੇਲਾ ਹੈਗਾ ਜੀ, ਠੀਕ ਹੈ, ਮੇਲੇ 'ਚ ਤਾਂ ਪਹੁੰਚ ਗਏ ਜੀ, ਪਰ ਮੇਲੇ ਵਾਲੀ ਕੋਈ ਫੀਲਿੰਗ ਨਹੀਂ ਆਈ। ਫਿਰ ਆਪਾਂ ਤੁਹਾਨੂੰ ਇੱਥੋਂ ਵੀ ਘੈਂਟ ਜਗ੍ਹਾ 'ਤੇ ਖੜਦੇ ਹਾਂ, ਅੰਮ੍ਰਿਤਸਰ ਦੀ ਸਭ ਤੋਂ ਘੈਂਟ ਮਾਰਕੀਟ ਜਿੱਥੇ। ਇਹ ਹੈਗਾ ਜੀ 140 ਦਾ ਰੋਲ, ਡੈਡੀ ਹੁੰਦਾ ਜੀ ਆਪਣਾ ਆਪਣਾ ਰੋਲ, ਪਨੀਰ ਰੋਲ ਵਿੱਚ ਵੇਖ ਲਓ, ਵੈਜਿਸ ਵਗੈਰਾ ਪਈਆਂ ਹੋਈਆਂ ਬੁਰੀਆਂ ਘੈਂਟ। ਆਪਾਂ ਆਪਣੀ ਵੀਰ ਨੇ ਚਾੜ ਦੀ ਇਹ ਕੋਲਿਆਂ ਦੇ ਦੇਖ ਲਓ, ਕਿਉਂ ਬੰਟੀ ਸ਼ਾਹ ਚਾਪ ਘੈਂਟ ਆ, ਸਨੈਪਚੈਟ ਪੈ ਗਈ ਆ ਕੋਈ ਘੈਂਟ। ਬੰਟੀ ਨੂੰ ਆਈਸਕ੍ਰੀਮ ਫੜਾਤੀ ਆਪਾਂ ਕਰਾ ਕੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਆ ਇੱਕ ਹੋਰ ਘੈਂਟੀ ਵਲੌਗ ਵਿੱਚ। ਆਈ ਹੋਪ ਸਾਰੇ ਜਣੇ ਠੀਕ ਹੋਵੋਗੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ। ਧਿਆਨ ਰੱਖੋ ਆਪਣਾ ਅਤੇ ਗਰਮੀ ਦੀਆਂ ਛੁੱਟੀਆਂ ਦੇ ਨਿਆਰੇ ਲਓ, ਠੀਕ ਆ। ਅਤੇ ਅੱਜ ਦੇ ਵਲੌਗ ਵਿੱਚ ਜਾਵਾਂਗੇ ਆਪਾਂ, ਕੋਈ ਮੇਲਾ ਹੈਗਾ ਜੀ, ਠੀਕ ਆ। ਮੈਂ ਤੁਹਾਨੂੰ ਦੱਸਦਾ, ਰੀਲ ਵੇਖੀ ਸੀ ਇੱਕ ਮੈਂ, ਉਹਦੇ ਵਿੱਚ ਦੱਸਿਆ ਸੀ ਆਈ ਲਵ ਸਕਾਈ ਪਲਾਈ ਸਕਲਾਈ ਸਕਾਈ ਕਰਕੇ ਕੁਛ ਹੈਗਾ ਨਾਮ ਉਹਦਾ, ਮੈਨੂੰ ਨਾਮ ਹੀ ਨਹੀਂ ਯਾਦ ਹੈਗਾ। ਅਤੇ ਉੱਥੇ ਆਪਾਂ ਜਾਵਾਂਗੇ ਅੱਜ, ਅਤੇ 3 ਦਿਨ ਦਾ ਸੀ ਮੇਲਾ ਮੇਰੇ ਖਿਆਲ ਨਾਲ। ਮੈਂ ਐਕਚੁਲੀ ਤੁਹਾਨੂੰ ਦੱਸਾਂ, ਮੈਂ ਰੀਲ ਵੇਖੀ ਆ ਸਿੱਧਾ, ਅਤੇ ਬਸ ਫਿਰ ਅਸੀਂ ਪਲੈਨ ਬਣਾ ਲਿਆ ਵਾ, ਅਤੇ 3 ਦਿਨ ਦਾ ਮੇਲਾ ਹੈਗਾ ਵਾ, ਠੀਕ ਆ। ਫੂਡ ਫੈਸਟੀਵਲ ਕਰਕੇ ਕੁਝ ਹੈਗਾ, ਉੱਥੇ ਫੂਡ ਦਾ ਲੱਗਣਾ ਵਾ, ਅਤੇ ਝੂੜੇ ਵਗੈਰਾ ਵੀ ਲੱਗੇ ਹੋਣੇ ਥੋੜ੍ਹੇ ਬਹੁਤੇ। ਅਜਨਾਲਾ ਰੋਡ 'ਤੇ ਹੈਗਾ ਜੀ ਮੇਲਾ, ਅਤੇ ਅੱਜ ਲਾਸਟ ਡੇ ਹੈਗਾ ਜੀ, ਠੀਕ ਆ। ਮੰਡੇ ਹੈਗਾ ਆ, ਸੈਟਰਡੇ ਸੰਡੇ ਤਾਂ ਮੰਡੇ ਸੀ ਮੇਰੇ ਖਿਆਲ ਨਾਲ, 3 ਡੇਜ਼ ਸੀ ਮੇਲਾ, ਅਤੇ 2 ਦਿਨ ਆਪਣਾ ਟਾਈਮ ਨਹੀਂ ਲੱਗਾ, ਕੰਮ 'ਤੇ ਸੀ, ਅਤੇ ਸੋਮਵਾਰ ਕੀਤੀ ਛੁੱਟੀ। ਅਤੇ ਚਲੋ ਸ਼ਾਮਾਂ ਦਾ ਹੈਗਾ ਜੀ ਮਾਹੌਲ ਚਾਲ, ਦੇਖ ਲਓ ਸੂਰਜ ਦੇਵਤਾ ਗਏ ਆ ਅਤੇ ਅਸੀਂ ਆਏ ਬਾਹਰ, ਬਾਹਰ ਤੁਹਾਨੂੰ ਪਤਾ ਗਰਮੀ ਹੁੰਦੀ ਬੜੀ ਆ, ਅਤੇ ਇਸ ਕਰਕੇ ਸ਼ਾਮਾਂ ਦਾ ਹੀ ਪਲੈਨ ਬਣਾਇਆ ਆਪਾਂ। ਅਤੇ ਚਲੋ ਚੱਲਦੇ ਆ ਮੇਲੇ ਵਿੱਚ, ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਮੇਲੇ ਦਾ ਕੀ ਮਾਹੌਲ ਚਾਲ ਹੈਗਾ ਆ, ਫੂਡ ਕਿੱਦਾਂ ਦਾ ਲੱਗੇ ਆ, ਫੂਡ ਦਾ ਸਵਾਦ ਕਿੱਦਾਂ ਦਾ ਆ, ਅਤੇ ਜੀ ਵਧੀਆ ਲੱਗਾ ਤਾਂ ਉੱਥੇ ਭੰਗੂੜੇ ਵਗੈਰਾ ਵੀ ਲੈ ਲਾਂਗੇ। ਚਲੋ ਪਹਿਲਾਂ ਬੰਟੀ ਨੂੰ ਪਿਕਅਪ ਕਰਦੇ ਹਾਂ, ਫਿਰ ਆਪਾਂ ਚੱਲਦੇ ਸਿੱਧਾ ਮੇਲੇ 'ਤੇ। ਲੋਬੀ ਗਾਇਸ, ਬੰਟੀ ਨੂੰ ਕਰਕੇ ਪਿੱਕ, ਮੇਲੇ 'ਤੇ ਆ ਗਏ ਜੇ, ਠੀਕ ਆ। ਆਹ ਇਹਨਾਂ ਦਾ ਬੋਰਡ ਹੈ, ਬੋਰਡ ਇਹਨਾਂ ਜਗਾਇਆ ਹੀ ਨਹੀਂ ਸੀ, ਅਤੇ ਬੋਰਡ ਚਲੋ ਇਹਨਾਂ ਨੇ ਜਗਾਇਆ ਨਹੀਂ, ਆਪਾਂ ਸਿੱਧਾ ਗਾੜੀ ਨਿਕਲ ਕੇ ਘੁੰਮ ਫਿਰ ਕੇ ਫੇਰ ਪੁੱਛ ਪਾਛ ਕੇ ਫੇਰ ਆਏ ਜੇ। ਨਾ ਇਹਨਾਂ ਨੇ ਇੱਥੇ ਕੋਈ ਲੋਕੇਸ਼ਨ ਦਿੱਤੀ ਆ, ਇੱਥੋਂ ਪਤਾ ਨਹੀਂ ਨਾ ਲੱਗਦਾ ਕੋਈ ਆ। ਵੇਖੋ ਮੇਨ ਰੋਡ ਹੈਗਾ ਅਜਨਾ, ਉਹ ਆਪਣਾ ਹੈਗਾ ਨਾ ਖੈਰਾਬਾਦ ਵਾਲਾ ਰੋਡ ਜਿਹੜਾ, ਉਹ ਤੋਂ ਮਾੜਾ ਜਿਹਾ ਗਾੜੀ ਆ ਬਸ, ਜੇ ਆ ਜਗਾਇਆ ਹੁੰਦਾ ਫਿਰ ਆਪਾਂ ਨੂੰ ਪਤਾ ਲੱਗ ਜਾਣਾ ਸੀ। ਅਤੇ ਚਲੋ ਉਹ ਗਾੜੀ ਜੇ ਮੇਲਾ, ਹੁਣ ਪਹਿਲਾਂ ਬਾਈਕ ਅੱਗੇ ਖੜਦੇ ਹਾਂ ਤਾਂ ਉੱਥੇ ਅੱਗੇ ਵੇਹਨੇ ਕੀ ਮਾਹੌਲ ਚਾਲ ਹੈਗਾ ਆ। ਉੱਧਰੋਂ ਮੇਲੇ 'ਚ ਤਾਂ ਪਹੁੰਚ ਗਏ ਜੇ, ਪਰ ਮੇਲੇ ਵਾਲੀ ਕੋਈ ਫੀਲਿੰਗ ਨਹੀਂ ਆਈ, ਠੀਕ ਆ। ਵੇਖ ਲਓ ਮਾਹੌਲ ਚਾਲ ਠੀਕ ਠਾਕ ਹੈਗਾ ਆ, ਇੱਧਰ ਵਾਲੀ ਸਾਈਡ 'ਤੇ ਗਾਣੇ ਗੁਣੇ ਜੇ ਲਾਏ ਜੀ, ਉੱਧਰ ਥੋੜ੍ਹੇ ਜਿਹੇ ਸਟਾਲ ਲੱਗੇ ਆ, ਥੋੜ੍ਹਾ ਜਿਹਾ ਜਿੰਨਾ ਆਪਾਂ ਸੋਚਿਆ ਸੀ ਓਨਾ ਵਧੀਆ ਨਹੀਂ ਹੈਗਾ, ਠੀਕ ਆ। ਚਲੋ ਉੱਦਾਂ ਤੁਹਾਨੂੰ ਵਿਖਾ ਦਿੰਦੇ ਕੀ ਮਾਹੌਲ ਚਾਲ ਆ, ਫਿਰ ਆਪਾਂ ਤੁਹਾਨੂੰ ਇੱਥੋਂ ਵੀ ਘੈਂਟ ਜਗ੍ਹਾ 'ਤੇ ਖੜਦੇ ਹਾਂ ਅੱਜ, ਠੀਕ ਆ। ਅੰਮ੍ਰਿਤਸਰ ਦੀ ਸਭ ਤੋਂ ਘੈਂਟ ਮਾਰਕੀਟ ਜਿੱਥੇ ਖਾਣ ਪੀਣ ਦਾ ਇੱਕ ਤੋਂ ਇੱਕ ਤੁਹਾਨੂੰ ਸਮਾਨ ਮਿਲ ਜੂਗਾ, ਤੁਹਾਨੂੰ ਉਹ ਵਿਖਾਵਾਂਗੇ ਅੱਜ। ਪਹਿਲਾਂ ਇਹਦਾ ਥੋੜ੍ਹਾ ਜਿਹਾ ਦੱਸ ਦਿੰਦੇ ਇੰਟਰੋਡਕਸ਼ਨ ਕੀ ਹੈਗਾ ਆ। ਇੱਧਰ ਵਾਲੀ ਸਾਈਡ 'ਤੇ ਲੱਗਾ ਹੋਇਆ ਮਿਊਜ਼ਿਕ ਸਿਸਟਮ, ਆ ਇੱਧਰ ਕੂਲਰ ਕਾਲਰ ਲਾਏ ਹੋਏ ਆ, ਬਾਹਰ ਬੂਰ ਪੂਰਾ ਘੈਂਟ ਹੈਗਾ ਜੇ। ਇੱਥੇ ਸਟੋਲ ਲੱਗਾ ਹੋਇਆ ਜੇ ਸਾਊਥ ਇੰਡੀਆ ਦਾ, ਯਾਰ ਜਿਹੜੀ ਇਹਨਾਂ ਨੇ ਵਿਖਾਈਆਂ ਸੀ ਨਾ ਟੋਪੀਆਂ ਜੀਆਂ, ਉਹ ਤਾਂ ਬਣੀਆਂ ਨਹੀਂ ਆ, ਆਹ ਪੋਸਟਰ ਲੱਗਾ ਉੱਪਰ, ਠੀਕ ਆ। ਚਲੋ ਕੋਈ ਨਹੀਂ, ਇੱਥੋਂ ਆਪਾਂ ਨੂੰ ਕੁਛ ਨਹੀਂ ਕਰਨਾ, ਚੱਲੇ ਨੇ ਸਿੱਧਾ, ਕਿਉਂਕਿ ਸਾਡੀ ਸੋਚ ਦੇ ਹਿਸਾਬ ਨਾਲ ਕੰਮ ਨਹੀਂ ਹੈਗਾ, ਅਤੇ ਚੱਲਦੇ ਮਾਰਕੀਟ, ਤੁਹਾਨੂੰ ਉਹ ਮਾਰਕੀਟ ਦਿਖਾਉਂਦੇ, ਇਹ ਤੋਂ 100 ਗੁਣਾ ਜਲਦੀ ਵਧੀਆ ਹੋਊਗੀ। ਚਲੋ ਆਪਾਂ ਜਗ੍ਹਾ 'ਚ ਪਹੁੰਚ ਗਏ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮਾਰਕੀਟ ਦਾ ਐਡਰੈਸ ਦੱਸ ਦਿੰਦਾ ਕੀ ਆ, ਬਰਗਰ ਕਿੰਗ ਸਾਰਿਆਂ ਨੂੰ ਪਤਾ ਹੋਣਾ, ਲਾਲ ਰੋਟੀ ਨਾਲੇ ਦੇ ਆਪਣਾ ਕ੍ਰਿਸਟਲ ਚੌਂਕ ਜਿਹੜਾ ਹੈਗਾ ਨਾ, ਉਹਦੇ ਸਾਹਮਣੇ ਬਰਗਰ ਕਿੰਗ ਹੈਗਾ ਜਿਸ ਤਰ੍ਹਾਂ, ਅਤੇ ਇਹ ਸਿੱਧਾ ਐਂ ਨੂੰ ਵੇਖਣਾ ਜੇ, ਅਤੇ ਇੱਧਰ ਗਲੀ ਆਉਂਦੀ ਜੀ ਇੱਕ, ਠੀਕ ਆ, ਟਰਾਂਸਫਾਰਮ ਲੱਗਾ ਜੇ ਸਭ ਤੋਂ ਵੱਡੀ ਹੈਗੀ ਹੈ, ਠੀਕ ਆ, ਗਲੀ ਆਉਂਦੀ, ਤੁਹਾਨੂੰ ਗਾੜੀ ਵੀ ਵਿਖਾ ਦਿੰਦਾ ਹੁਣ ਮੈਂ। ਇੱਥੋਂ ਸਿੱਧਾ ਹੀ ਅੰਦਰ ਵੜਦੇ ਸਾਰੀ ਮਾਰਕੀਟ ਸਟਾਰਟ ਹੋ ਜਾਂਦੀ ਜੀ, ਜਾਂ ਸਿੱਧਾ ਹੀ A to Z ਤੁਹਾਨੂੰ ਚੀਜ਼ ਮਿਲ ਜੂਗੀ। ਦੇਖ ਲਓ ਕਿੰਨੀਆਂ ਜ਼ਿਆਦੀਆਂ ਦੁਕਾਨਾਂ, ਇੱਥੇ ਗਿਣਤੀ ਦੀ ਕੋਈ ਘਾਟ ਨਹੀਂ ਹੈਗੀ, ਤੁਹਾਨੂੰ ਇਕੱਲੀ ਇਕੱਲੀ ਦੁਕਾਨ ਵੀ ਵਿਖਾ ਦਿੰਦਾ ਮੈਂ ਹੁਣੇ। ਪਹਿਲਾਂ ਤੁਹਾਨੂੰ ਐਡਰੈਸ ਸਮਝਾ ਤਾ ਹੁਣ ਮੈਂ ਕਿਸ ਤਰ੍ਹਾਂ ਤੁਹਾਨੂੰ ਮੈਂ ਸ਼ੋਪਿੰਗ ਖੋਲਣਾ, ਇੱਥੇ ਸਾਰੀਆਂ ਇੱਥੇ ਡਰੀਆਂ ਆ। ਦੋਸਤੋ ਆਏ ਜਿਵੇਂ ਮੇਨ ਮਾਰਕੀਟ ਜਿੱਥੇ ਸਭ ਤੋਂ ਜ਼ਿਆਦਾ ਹੁੰਦਾ, ਦੇਖ ਲਓ 1 to 1 ਹੈਗੀ ਇੱਥੇ ਸ਼ੋਪ, ਸਾਰੀਆਂ A to Z ਬੰਟੀ ਇੱਕ ਫੋਨ 'ਤੇ ਲੱਗਾ ਰਹਿੰਦਾ।
ਤੇ ਠੀਕ ਆ ਹੁਣ ਤੁਹਾਨੂੰ ਇੱਧਰ ਵਾਲੀ ਜ਼ਿਆਦਾ ਬਸ ਨਾ ਆਈਟਮ ਮਤਲਬ ਹੈਗੀਆਂ ਵਾ ਨੋਨ ਵੈਜ ਹੈਗੇ ਫੁੱਲ ਜਿਵੇਂ ਚਿਕਨ ਫਰਾਈ ਉਹ ਨਹੀਂ ਹੈਗਾ ਉਹ ਪਰਲੀ ਮਾਰਕੀਟ 'ਚ ਹੈਗਾ ਤੁਹਾਨੂੰ ਵੀ ਵਿਖਾ ਦਿੰਦਾ ਮੈਂ ਠੀਕ ਆ ਅਤੇ ਇੱਥੇ ਦੇਖੋ ਤੁਸੀਂ ਇਹ ਆਈਟਮ ਪੂਰੀ ਚਾਂਪ ਪੂਰਨਿਮਾ ਫਾਸਟ ਫੂਡ ਏ ਟੂ ਜੈੱਡ ਹੈਗੀ ਜੇ ਮੈਨੂੰ ਵੀ ਇਸੇ ਮਾਰਕੀਟ ਦਾ ਉਦੋਂ ਪਤਾ ਲੱਗਾ ਸੀ ਜਦੋਂ ਮੈਂ ਜ਼ੋਮੈਟੋ 'ਚ ਕੰਮ ਕਰਦਾ ਸੀ ਹਰ ਇੱਕ ਚੀਜ਼ ਵੱਖਰੀ ਆ ਵਰਾਇਟੀ ਤੁਹਾਨੂੰ ਤਾਂ ਪੀਜ਼ਾ ਦਾ ਰੇਟ ਵੀ ਹੁੰਦਾ ਪੀਜ਼ਾ ਵੀ ਬੜਾ ਸਸਤਾ ਜੀ ਅਤੇ ਹੁਣ ਆਪਾਂ ਚੱਲਦੇ ਨੋਨ ਵੈਜ ਮਾਰਕੀਟ ਵੱਲ ਨੋਨ ਵੈਜ ਵੀ ਤੁਹਾਨੂੰ ਵਿਖਾ ਦਿੰਦੇ ਕਿੱਦਾਂ ਦੇ ਗਏ ਆ ਚਲੋ ਵੀ ਉੱਧਰੋਂ ਜਦੋਂ ਆਪਾਂ ਬਾਹਰ ਨੂੰ ਜਾਵਾਂਗੇ ਇੱਥੇ ਦੇਖ ਲਿਓ ਚਾਂਪਾ ਵਗੈਰਾ ਦੀ ਦੁਕਾਨ ਹੈਗੀ ਆ ਠੀਕ ਆ ਇਹਦਾ ਹੈਂਗਰ ਜਿਹਾ ਬਣਿਆ ਜੇ ਇੱਥੋਂ ਗਾੜੀ ਨਹੀਂ ਗੱਡੀਆਂ ਆਉਂਦੇ ਹੁੰਦੇ ਰਸ਼ ਬੜਾ ਜਾਂਦਾ ਇੱਧਰ ਬਰਗਰ ਵਾਲੀ ਦੁਕਾਨ ਹੈਗੀ ਹੈ ਸਾਹਮਣੇ ਫਰੂਟ ਆਈਸਕ੍ਰੀਮ ਦੀ ਅਤੇ ਰਾਜਸਥਾਨੀ ਚੜ੍ਹ ਲਿਆ ਤੁਹਾਨੂੰ ਦੱਸਿਆ ਕਿ ਇੱਧਰੋਂ ਜਾਂਦੀ ਜੀ ਦੂਜੀ ਮਾਰਕੀਟ ਚਿਕਨ ਵਾਲੀ ਮਾਰਕੀਟ ਤੁਹਾਨੂੰ ਸਾਰੀ ਦਿਖਾ ਦਿੰਦੇ ਹਾਂ ਠੀਕ ਆ ਇੱਥੇ ਕੁਲਚਾ ਵੀ ਮਿਲ ਜਾਂਦਾ ਆ ਰਾਤ ਦੇ ਟਾਈਮ ਵੀ ਸਾਰਾ ਇੱਧਰ ਵਾਲੀ ਸਾਈਡ 'ਤੇ ਹੈਗੀ ਵੱਡੀ ਪਾਰਕਿੰਗ ਜਿਹੜੀ ਕਿ ਹੁੰਦੀ ਗੱਡੀਆਂ ਵਗੈਰਾ ਵਾਸਤੇ ਠੀਕ ਆ ਅਤੇ ਉਹ ਰਸਤਾ ਜੇ ਗੱਡੀਆਂ ਵਾਲਾ ਪਰਲੀ ਸਾਈਡ ਤੋਂ ਜਿਹੜਾ ਹੁੰਦਾ ਸਾਰਾ ਹੋ ਜਾਂਦੀ ਹੈ ਨੋਨ ਵੈਜ ਮਾਰਕੀਟ ਸਟਾਰਟ ਠੀਕ ਆ ਇੱਧਰ ਲੋ ਜ਼ਾਇਕਾ ਜਿਹੜਾ ਵੀ ਹੈਗਾ ਆ ਤੰਦੂਰੀ ਜ਼ਾਇਕਾ ਆ ਗਿਆ ਚਿਕਨ ਏ ਟੂ ਜੈੱਡ ਹਜੇ ਆਪਾਂ ਆਏ ਕਿਉਂਕਿ ਰਸ਼ 'ਚ ਰਾਤੀ ਰਸ਼ ਜ਼ਿਆਦਾ ਹੁੰਦਾ ਨਾ ਨੋਵੈਲਟੀ ਮੀਟ ਸ਼ੋਪ ਠੀਕ ਆ ਆਹ ਵੀ ਜ਼ਾਇਕਾ ਲਕਸ਼ਮਣ ਦੇਖ ਲਓ ਘੈਂਟ ਘੈਂਟ ਚਿਕਨ ਹੈਗਾ ਪੂਰਾ ਨੋਨ ਵੈਜ ਇੱਧਰ ਅਤੇ ਵੈਜ ਉੱਧਰ ਫਿਰ ਆ ਗਏ ਜੇ ਵੈਜ ਮਾਰਕੀਟ ਵੱਲ ਅਤੇ ਹੁਣ ਇੱਥੋਂ ਬੰਟੀ ਨੂੰ ਪੁੱਛਦੇ ਹਾਂ ਕੀ ਖਾਣਾ ਆ ਫਿਰ ਆਪਾਂ ਉਹ ਕਰਾਉਂਦੇ ਹਾਂ ਕਿਉਂਕਿ ਉੱਥੇ ਤਾਂ ਕੁਛ ਮਿਲਿਆ ਨਹੀਂ ਆਪਾਂ ਖਾਣ ਪੀਣ ਨੂੰ ਮੋਲ ਚੜ ਵਧੀਆ ਚਲੋ ਹੁਣ ਵੇਹਦੇ ਆਪਾਂ ਕਿਹੜੀ ਆਈਟਮ ਖਾਣੀ ਹੈ ਤਾਂ ਪਸੰਦ ਕਰਕੇ ਫਿਰ ਤੁਹਾਨੂੰ ਦੱਸਦੇ ਆਪਾਂ ਕੀ ਖਾਂਦੇ ਹਾਂ ਉਹ ਵੀ ਬੰਟੀ ਦੇ ਕਹਿਣ 'ਤੇ ਕਰਾਇਆ ਜੇ ਪੀਜ਼ਾ ਆਪਾਂ ਬੰਟੀਆਂ ਦਾ ਪੀਜ਼ਾ ਖਾਣਾ ਆ ਆਹ ਹੈਗਾ ਜੀ ਮੈਨਿਊ ਦਾ ਕੁਛ ਦੇਖ ਲਓ ਆਪਾਂ ਕਰਾਇਆ ਚੀਜ਼ ਚਿੱਲੀ ਠੀਕ ਆ ਹੁਣ ਤੁਹਾਨੂੰ ਟੇਸਟ ਚੈੱਕ ਕਰਾ ਕੇ ਦੱਸਦੇ ਤਾਂ ਕਿੱਦਾਂ ਦਾ ਹੈਗਾ ਆ ਠੀਕ ਆ ਵੀਰਾਂ ਨੂੰ ਲਾਤਾ ਜੀ ਤੁਹਾਨੂੰ ਇਹਦਾ ਮੈਨਿਊ ਮੈਂ ਦਿਖਾ ਦਿੱਤਾ ਸੀ ਅੱਗੇ ਪਾਓ ਭਾਜੀ ਵਾਲੀ ਦਾ ਵੀ ਵਿਖਾ ਦਿੰਦਾ ਮੈਨਿਊ ਕੀ ਹੈਗਾ ਜੀ ਦੇਖ ਲਓ ਆ ਰੇਟ ਕੀ ਠੀਕ ਆ ਅਤੇ ਇੱਕ ਬਾਅਦ ਤੁਹਾਨੂੰ ਹੋਰ ਆ ਜੀ ਵਿਖਾ ਦਿੰਦਾ ਇੱਥੇ ਕੀ ਹੈਗਾ ਜੀ ਦੇਖ ਲਓ ਹੋਲਡ ਕਰਤਾ ਮੈਂ ਤੁਸੀਂ ਇੱਕ ਵਾਰੀ ਪੜ੍ਹ ਲਓ ਸਾਰਾ ਠੀਕ ਆ ਅਤੇ ਉਹ ਤੋਂ ਬਾਅਦ ਆਹ ਮੈਨਿਊ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਪੋਜ਼ ਕਰਕੇ ਵੇਖ ਲਿਓ ਹੁਣ ਕਿਉਂਕਿ ਇਕੱਲੇ ਇਕੱਲੇ ਦਾ ਵਿਖਾਉਣ ਲੱਗ ਪਿਆ ਅਤੇ ਦਿਹਾੜੀ ਪਏ ਨਹੀਂ ਦੁਕਾਨਾਂ ਦੇਖੋ ਕਿੰਨੀਆਂ ਯਾਦੀਆਂ ਹੈਗੀਆਂ ਠੀਕ ਆ ਚਲੋ ਹੁਣ ਤੁਹਾਨੂੰ ਟੇਸਟ ਦੱਸਦੇ ਹਾਂ ਆਪਾਂ ਆਪਣੀ ਆਈਟਮ ਦਾ ਕਿੱਦਾਂ ਦਾ ਟੇਸਟ ਆ ਦੇਖ ਲਓ ਪੂਰਾ ਘੈਂਟ ਜੇ ਇਹ ਹੈਗਾ ਜੀ 140 ਦਾ ਚੀਜ਼ ਚਿੱਲੀ ਠੀਕ ਆ ਵੱਡੀ ਆ ਗਈ ਕੋਲਡ ਡਰਿੰਕ ਲੈਣ ਔਡਰ ਪਰ ਆਮ ਦੇਖੋ ਦੇਖ ਨਹੀਂ ਰਿਹਾ ਹੋਣਾ ਤੁਹਾਨੂੰ ਘੜਾ ਗਾ ਚਲੋ ਹੁਣ ਟੇਸਟ ਚੈੱਕ ਕਰਕੇ ਦੱਸਦੇ ਤੁਹਾਨੂੰ ਇੱਕ ਤੋਂ ਬਾਅਦ ਖਾਵਾਂਗੇ ਇੱਧਰੋਂ ਕਾਠੀ ਰੋਲ ਮਿਲਦਾ ਜੀ ਕਾਠੀ ਰੋਲ ਕਰਾਵਾਂਗੇ ਸਾਹਮਣੇ ਕਰਾਵਾਂਗੇ ਪਾਓ ਭਾਜੀ ਠੀਕ ਆ ਉਹ ਪੀਜ਼ਾ ਦਾ ਘੈਂਟ ਸੀ ਬੰਡੀ ਬੋਇਸ ਦਾ ਕਿੱਦਾਂ ਸੀ ਪੀਜ਼ਾ ਘੈਂਟ ਆ ਤੁਹਾਨੂੰ ਬਾਕੀ ਚੀਜ਼ਾਂ ਦਾ ਟੇਸਟ ਦੱਸਦੇ ਹਾਂ ਕਿੱਦਾਂ ਦਾ ਹੈਗਾ ਕੀ ਆਈਟਮ ਕਰਾਈ ਆਪਾਂ ਪਨੀਰ ਰੋਲ ਪਾਈ ਜਾਣਾ ਕੋ ਠੀਕ ਆ ਮੈਂ ਘੈਂਟ ਉੱਤੇ ਲੈ ਲਓ ਤਵੇ ਤਿਆਰ ਹੁੰਦਾ ਪਿਆ ਜੇ ਪੂਰਾ ਅਤੇ ਚੀਜ਼ ਆਈਟਮ ਕਰਾਵਾਂਗੇ ਆਪਾਂ ਡੋਸਾ ਬਸ 3 ਆਈਟਮ ਹੈ ਕਿਉਂਕਿ ਢਿੱਡ ਭਾਰੀ ਆਉਣਾ ਹੈ ਬਾਕੀ ਸਹੀ ਗੱਲ ਦੱਸਾਂ ਤੁਹਾਨੂੰ ਪੀਜ਼ਾ ਠੀਕ ਠਾਕ ਸੀ ਸਵਾਦ ਨਹੀਂ ਹੈਗਾ ਸੀ ਨਾ ਤੁਹਾਨੂੰ ਸਹੀ ਗੱਲ ਦੱਸਾਂ ਓਨੈਸਟ ਰਿਵਿਊ ਦੇਵਾਂਗੇ ਆਪਾਂ ਮਾੜਾ ਰਿਵਿਊ ਨਹੀਂ ਦੇਵਾਂਗੇ ਠੀਕ ਆ ਓਨੈਸਟ ਜਿਹੜਾ ਸਹੀ ਹੈਗਾ ਅਤੇ ਕਾਠੀ ਰੋਡ ਘੈਂਟ ਆ ਕਿਉਂਕਿ ਆਪਾਂ ਆਏ ਸੀ ਸੁੱਖੇ ਦੇ ਵੱਡੇ ਦੇ ਇੱਥੇ ਸਾਨੂੰ ਪਤਾ ਆ ਅਤੇ ਡੋਸਾ ਤਾਂ ਲਾਜਵਾਬ ਪੂਰੀ ਐਂਡ ਕਰਾਉਂਦਾ ਜੀ ਇਹਨਾਂ ਦਾ ਚਲੋ ਇਹ ਤਾਂ ਮੈਨੂੰ ਪਤਾ ਬੜਾ ਘੈਂਟ ਹੁੰਦਾ ਜੀ ਇਹਦੀ ਤੁਸੀਂ ਟੈਨਸ਼ਨ ਨਾ ਲਿਓ ਇਹਦਾ ਤੁਹਾਨੂੰ ਆਪਾਂ ਪੂਰਾ ਘੈਂਟ ਰਿਵਿਊ ਦੇਵਾਂਗੇ ਵੀ ਆਪਣਾ ਰੋਲ ਪਨੀਰ ਰੋਲ ਵਿੱਚ ਵੇਖ ਲਓ ਵੈਜਿਸ ਵਗੈਰਾ ਪਈਆਂ ਹੋਈਆਂ ਪੂਰੀਆਂ ਘੈਂਟ ਬੰਟੀਆਂ ਨਹੀਂ ਬੰਟੀਆਂ ਨਹੀਂ ਦੱਸੋ ਕਿੱਦਾਂ ਤੁਹਾਨੂੰ ਬੰਟੀਆਂ ਅੱਜ ਫਰੀ ਦਾ ਖਵਾਉਣਾ ਪਿਆ ਮੈਂ ਜੋ ਵੀ ਆ ਇਹ ਸਾਰਾ ਕੁਛ ਆਪਾਂ ਅੱਜ ਇਹ ਸਾਰਾ ਕੁਛ ਅੱਜ ਆਪਾਂ ਉੱਥੇ ਖਾਣਾ ਸੀ ਪਰ ਉੱਥੇ ਗੱਲਬਾਤ ਨਹੀਂ ਬਣੀ ਅਤੇ ਚਲੋ ਹੁਣ ਆਹ ਵੀ ਖਾ ਕੇ ਫਿਰ ਕਰੋਨੇ ਡੋਸਾ ਯਾਰ ਢਿੱਡ ਬੰਟੀਆਂ ਦਾ ਢਿੱਡ ਜ਼ਿਆਦਾ ਭਰ ਜਾਣਾ ਵਾ ਅੱਗੇ ਬੜਾ ਕੁਛ ਖਾ ਲਿਆ ਪੀਜ਼ਾ ਖਾ ਲਿਆ ਪੂਰਾ ਬੰਟੀ ਮੇਰਾ ਢਿੱਡ ਜ਼ਿਆਦਾ ਭਰ ਜਾਣਾ ਬੰਟੀ ਤੁਹਾਨੂੰ ਪਤਾ ਭੁੱਖੜ ਹੈਗਾ ਆ ਅਤੇ ਬੰਟੀਆਂ ਦਾ ਚਾਂਪ ਖਾ ਲੈਂਦੇ ਫਿਰ ਖਵਾਉਣ ਦੇ ਮਾਰੇ ਨਹੀਂ ਵੀਰ ਜੀ ਆਹ ਦੇਖਾਂ ਅਤੇ ਚਾਂਪ ਕਰਾਉਂਦੇ ਫਿਰ ਹੁਣ ਆਪਾਂ ਚਾਂਪ ਕਰਾਉਂਦੇ ਹਾਂ ਆਪਾਂ ਆਪਣੀ ਵੀਰ ਨੇ ਚਾੜਦੀ ਏ ਕੋਲਿਆਂ ਦੇ ਦੇਖ ਲਓ ਯਾਰ ਰਗੜ ਲੈਂਦੇ ਆ ਪੂਰੀ ਟੋਰ ਨਾਲ ਅਤੇ ਤੁਹਾਨੂੰ ਤਾਂ ਮੈਂ ਸੁਜੈਸਟ ਕਰੂੰਗਾ ਆਉਣਾ ਹੋਊਗਾ ਪਾਰਟੀ ਪੂਰਟੀ ਕਰਨ ਦਾ ਇੱਥੇ ਆਇਓ ਯਾਰ ਪਤਾ ਕੀ ਗੱਲ ਆ ਇੱਥੇ ਕੋਈ ਵੀ ਦੁਕਾਨ ਰਿਪੀਟ ਨਹੀਂ ਹੈਗੀ ਸਾਰੀਆਂ ਵੱਖਰੀਆਂ ਅਤੇ ਵਰਾਇਟੀ ਪੂਰੀ ਘੈਂਟ ਟੇਸਟ ਬਸ ਪੀਜ਼ੇ ਦਾ ਨਹੀਂ ਜੇ ਸਹੀ ਹੈਗਾ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਆਪਾਂ ਅਸਲੀ ਵਲੌਗਰ ਆ ਪੂਰਾ ਸਹੀ ਰਿਵਿਊ ਦੇਈਦਾ ਬਾਕੀ ਚੀਜ਼ਾਂ ਘੈਂਟ ਆ ਸਾਰੀਆਂ ਠੀਕ ਆ
ਚਲੋ ਹੁਣ ਚਾਪ ਕਰਾਉਂਦੇ ਹਾਂ ਅਤੇ ਫਿਰ ਚੱਲਦੇ ਆਈਸਕ੍ਰੀਮ ਖਾਣ। ਕਾਫੀ ਗਾਈਸ ਹੁਣ ਲਾਸਟ ਤੁਹਾਡੀ ਚਾਪ, ਇਸ ਤੋਂ ਬਾਅਦ ਖਾਵਾਂਗੇ ਆਈਸਕ੍ਰੀਮ। ਚਾਪ ਤਾਂ ਬੜਾ ਘੈਂਟ ਹੀ ਜਿੱਥੇ ਮਰਜ਼ੀ ਖਾ ਲਓ। ਕਿਉਂ ਬੰਟੀ ਸ਼ਾਹ ਚਾਪ ਘੈਂਟ ਆ? ਬਸ ਫੋਨ ਮਰ ਗਿਆ ਤੇਰੇ ਕੋਲ ਸਨੈਪਚੈਟ ਬੰਟੀ, ਸਨੈਪਚੈਟ ਦਾ ਹੈਗਾ ਜੀ। ਠੀਕ ਆ, ਚਲੋ ਫਿਰ ਆਪਾਂ ਖਾ ਲਈਏ। ਕੋਲਡ ਡਰਿੰਕ ਫੜ ਕੇ ਚੱਲੇ ਜੀ ਹੁਣ ਸਾਹਮਣੇ ਵਾਲੀ ਮਾਰਕੀਟ 'ਚ ਆਈਸਕ੍ਰੀਮ ਖਾਣ। ਠੀਕ ਆ, ਮਕਾ ਲਈਏ। ਢਿੱਡ ਪੂਰਾ ਆਫਰ ਗਿਆ ਜੀ ਪੱਟਣ ਦੀ ਕਗਾਰ 'ਤੇ ਜੀ। ਬੰਟੀ ਕਹਾਣੀ ਕਰਾਉਣ ਲੱਗੇ ਜੀ ਸ਼ੇਕ। ਠੀਕ ਆ, ਪਿੰਕ ਸ਼ਰਟ ਪਾਈ ਬੰਟੀ ਨੇ, ਪਿੰਕ ਹੀ ਬਣਿਆ ਆ, ਲੱਗਦਾ ਸ਼ੇਕ ਵੀ ਪਿੰਕ ਹੀ ਕਰਾਊਗਾ। ਚਲੋ ਸ਼ੇਕ ਕਰਾਉਂਦੇ ਹਾਂ। ਮੈਂ ਕਿਹਾ ਕਿਉਂ ਕਰਾਉਣਾ, ਮੈਂ ਤਾਂ ਨਹੀਂ ਪੀਣਾ ਸ਼ੇਕ। ਫਿਰ ਆਪਾਂ ਖਾਵਾਂਗੇ ਆਈਸਕ੍ਰੀਮ ਘੈਂਟ ਜੀ। ਨਹੀਂ ਨਹੀਂ ਬੰਟੀ ਬੰਟੀ ਪੀਊਗਾ ਸ਼ੇਕ, ਮੈਂ ਨਹੀਂ ਪੀਣਾ। ਚਲੋ ਤੁਹਾਨੂੰ ਟੇਸਟ ਦੱਸ ਦਿੰਦੇ ਹਾਂ, ਬਾਕੀ ਦੇਖ ਲਓ ਮਿੱਤਰੋ ਮਾਰਕੀਟ ਪੂਰੀ ਘੈਂਟ ਹੈਗੀ ਜੀ ਤੁਹਾਨੂੰ ਇੱਧਰ ਵਾਲੀ ਸਾਈਡ 'ਤੇ, ਨੋਨ ਵੈੱਜ ਜੀ ਵੈੱਜ। ਠੀਕ ਆ, ਆਓ। ਠੀਕ ਆ, ਐਡਰੈਸ ਤੁਹਾਨੂੰ ਮੈਂ ਦੱਸਿਆ ਹੋਇਆ ਸਾਰਾ ਅਤੇ ਡਿਸਕ੍ਰਿਪਸ਼ਨ 'ਚ ਵੀ ਮੈਂ ਦੱਸ ਦਾਂਗਾ ਇੱਕ ਵਾਰੀ। ਚਲੋ ਫਿਰ ਸ਼ੇਕ ਦਾ ਟੇਸਟ ਵੀ ਤੁਹਾਨੂੰ ਖਾ ਦਿੰਦੇ ਕਿੱਦਾਂ ਦਾ ਹੈਗਾ ਆ, ਬਾਕੀ ਚਾਂਪ ਵੀ ਬਹੁਤ ਜ਼ਿਆਦਾ ਘੈਂਟ ਸੀ। ਚਲੋ ਹੁਣ ਤੁਹਾਨੂੰ ਸ਼ੇਕ ਦਾ ਟੇਸਟ ਕਰਾ ਕੇ ਫਿਰ ਆਪਾਂ ਜਾਣਾ ਜੀ, ਇੱਕ ਸਾਡਾ ਬੰਦਾ ਹੈਗਾ ਮੇਨ, ਆਪਾਂ ਉਹ ਆਈਸਕ੍ਰੀਮ ਖਾਂਦੇ ਰੋਜ਼ ਰਾਤੀ, ਮੈਂ ਕੰਮ ਤੋਂ ਲੱਗੇ ਉਹਨਾਂ ਨੂੰ ਖਾਵਾਂਗੇ, ਤੁਹਾਨੂੰ ਉਹਨਾਂ ਨੂੰ ਮਿਲਾਵਾਂਗੇ। ਗਾਈਸ ਬੰਟੀ ਨੇ ਕਰਾ ਲਿਆ ਜੀ ਚੋਕਲੇਟ ਸ਼ੇਕ, ਆਪਣੇ ਮੂੰਹ ਵਰਗਾ ਚੋਕਲੇਟ ਬੰਟੀ, ਚੋਕਲੇਟ ਸ਼ੇਕ। ਮੈਂ ਨਹੀਂ ਪੀਣਾ, ਮੈਂ ਫਰੂਟੀ ਪੀਵਾਂਗਾ, ਫਰੂਟੀ ਕਹਿੰਦਾ ਸੋਰੀ, ਆਈਸਕ੍ਰੀਮ ਪੀਵਾਂਗੇ। ਸਨੈਪਚੈਟ ਪੈ ਗਈ ਆ ਪੂਰੀ ਘੈਂਟ, ਬੰਟੀ ਨੂੰ ਕਮੈਂਟ ਕਰਕੇ ਦੱਸੋ, ਬੰਟੀ ਦੀ ਆਈ ਡੀ ਫੋਲੋ ਕਰ ਲੈਂਦੇ ਜੀ, ਸਨੈਪਚੈਟ ਦੀ ਆਈ ਡੀ ਦਊਂਗਾ ਕਮੈਂਟ 'ਚ, ਇਹਨੂੰ ਫੋਲੋ ਕਰ ਲਿਆ। ਚਲੋ ਫਿਰ ਹੁਣ ਇਹਨੂੰ ਡਫਲ ਦਿਓ ਮੇਰੀ ਆਈ ਡੀ ਅਤੇ ਫਿਰ ਆਪਾਂ ਚੱਲਦੇ ਹਾਂ। ਮੇਰੀ ਆਈ ਡੀ ਬੰਟੀ ਦੀ ਆਈ ਡੀ ਕਰ ਲਓ, ਕਰੋ ਸਕੈਨ ਕਰ ਦਿਓ, ਐਡ ਕਰ ਲਓ। ਚਲੋ ਫਿਰ ਮਿਲਦੇ ਹਾਂ ਆਪਾਂ ਬਾਅਦ 'ਚ। ਗਾਈਸ ਦੋਸਤਾਂ, ਮੈਂ ਤਾਂ ਬੰਟੀ ਨੇ ਇੱਕ ਇੱਕ ਪੈਕ ਕਰਾ ਲਿਆ ਜੀ ਘਰਦੇ ਵਾਸਤੇ, ਆਪਣਾ ਢਿੱਡ ਪੂਰਾ ਫਾਟਣ ਦੀ ਕਗਾਰ 'ਤੇ ਆਉਂਦਾ ਹੁਣ, ਮੈਂ ਘਰਦਿਆਂ ਨੂੰ ਵੀ ਕੁਛ ਖਵਾ ਦਈਏ, ਪੈਸੇ ਬਚੇ ਹੀ ਤਾਂ ਹੀ ਫੜ ਲੱਗੇ ਆ। ਚਲੋ ਮਾਰਕੀਟ ਨੂੰ ਆਪਣੀ ਇਹੋ ਅਲੀਦਾ ਜੀ। ਠੀਕ ਆ, ਅਤੇ ਚਲੋ ਫਿਰ ਚੱਲਦੇ ਹਾਂ ਆਪਾਂ, ਧੰਨਵਾਦ। ਲਓ ਵੀ ਮਿੱਤਰੋ, ਆਪਾਂ ਫਾਈਨਲੀ ਬਾਈਕ ਉੱਥੇ ਲਾ ਦਿੱਤੀ ਹੋਈ ਹੈ। ਠੀਕ ਆ, ਆਈਸਕ੍ਰੀਮ ਵਗੈਰਾ ਖਾਣ ਰੁਕੇ ਅਸੀਂ, ਬੰਟੀ ਨੂੰ ਆਈਸਕ੍ਰੀਮ ਫੜਾ ਦਿੱਤੀ ਆਪਾਂ ਕਰਾ ਕੇ ਖਾਂਦਾ ਪਿਆ ਜੀ। ਅਤੇ ਇੱਦਾਂ ਹੀ ਮੈਨੂੰ ਇੱਕ ਭਾਈ ਸਾਡੇ ਫੈਨ ਮਿਲੇ ਜੀ। ਠੀਕ ਆ ਭਾਈ, ਕੀ ਨਾਮ ਆਪਣਾ? ਨਾਮ ਰਵੀ ਸ਼ਰਮਾ, ਮੈਂ ਪਟਾਲੇ ਤੋਂ ਬਿਲੋਂਗ ਕਰਦਾ ਜੀ। ਭਾਈ ਜਾਣੀ ਪਟਿਆਲੇ ਤੋਂ ਬਿਲੋਂਗ ਕਰਦੇ ਜੀ, ਬਟਾਲਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ਬਟਾਲੇ ਤੋਂ ਬਿਲੋਂਗ ਕਰਦੇ ਜੀ, ਅਤੇ ਨਾਲ ਉਹਨਾਂ ਦੇ ਬੇਟੇ ਵੀ ਹੈਗੇ ਜੀ। ਇਹ ਮੇਰਾ ਲਖਨ ਭਾਈ, ਤੁਹਾਡਾ ਬਹੁਤ ਤਕੜਾ ਫੈਨ ਹੈ, ਮੇਰਾ ਵੱਡਾ ਬੇਟਾ, ਇਹਦਾ ਨਾਮ ਚਿਰਾਗ ਸ਼ਰਮਾ ਹੈ, ਇਹ ਗੁਰਦੁਆਰੇ ਕਾਂਸਾ ਲੱਗਿਆ ਆਪਣੀ ਰਹਿ ਕੇ। ਹਾਂਜੀ ਹਾਂਜੀ, ਆਪਾਂ ਇੱਦਾਂ ਹੀ ਆਈਸਕ੍ਰੀਮ ਖਾਂਦੇ ਪਏ ਸੀ, ਭਾਈ ਜਾਣੀ ਮਿਲੇ ਆਉਂਦੇ, ਤੁਸੀਂ ਲਖਨ ਪਸਰੀ ਜਾਣਾ, ਉੱਦਾਂ ਹੀ ਭਾਈ ਜਾਣਾ ਨੇ ਪਛਾਣ ਲਿਆ ਜੀ, ਅਤੇ ਆਉਂਦੇ ਮੇਰਾ ਬੇਟਾ ਤੁਹਾਡਾ ਬਹੁਤ ਵੱਡਾ ਫੈਨ ਹੈ, ਸਾਰੀਆਂ ਵੀਡੀਓਜ਼ ਵਗੈਰਾ ਵੇਖਦਾ ਆ। ਹਾਂਜੀ ਹਾਂਜੀ, ਅਤੇ ਉਹਨਾਂ ਦਾ ਵੀ ਚੈਨਲ ਹੈਗਾ ਨਾ ਭਾਈ? ਹਾਂਜੀ ਹਾਂਜੀ, ਬ੍ਰਦਰ ਵਲੌਗ, ਬ੍ਰਦਰ ਵਲੌਗ ਕਰਕੇ ਹੈਗਾ ਜੀ, ਉਹਨਾਂ ਨੂੰ ਵੀ ਸਾਰਿਆਂ ਨੂੰ ਸਪੋਰਟ ਕਰਿਓ, ਅਤੇ ਭਾਈ ਜਾਣਾ ਮਿਲ ਕੇ ਬਹੁਤ ਚੰਗਾ ਲੱਗਾ, ਭਾਈ ਜਾਣਾ ਨੇ ਵੀ ਫੋਟੋ ਵਗੈਰਾ ਖਿੱਚੀਆਂ ਹੈ, ਅਤੇ ਆਪਾਂ ਵੀ ਹੁਣ ਇੱਥੋਂ ਮਿਲੇ ਸੀ ਬਸ, ਇੱਧਰੋਂ ਤੁਸੀਂ ਵੇਖ ਲਿਆ ਮਾਰਕੀਟ ਸਾਰੀ ਘੁੰਮ ਆਏ ਹਾਂ, ਆਹ ਜੀ ਰੇੜੀ ਆਪਣੀ ਹੈਗੀ ਜਿੱਥੇ ਆਪਾਂ ਰੋਜ਼ ਖਾਂਦਾ ਮੈਂ, ਗੁਮਟਾਲਾ ਬਾਈਪਾਸ ਹੈਗਾ ਜੀ। ਠੀਕ ਆ, ਅਤੇ ਇੱਧਰ ਇਨ ਐਂਡ ਆਊਟ ਬੇਕਰਸ ਲਾਗੇ, ਇੱਥੇ ਰੇੜੀ ਹੁੰਦੀ ਜੀ, ਉਹ ਵੀ ਮੇਰਾ ਪੱਕਾ ਦੋਸਤ ਹੈਗਾ ਜੀ, ਮੇਰੇ ਕੋਲ ਡੇਲੀ ਮੈਂ ਆਉਂਦਾ ਵਾਂ ਬਾਈਪਾਸ ਤੋਂ ਕੰਮ ਤੋਂ, ਜਦੋਂ ਆਈਦਾ ਵਾ ਇੱਥੋਂ ਆਪਾਂ ਖਾਈਦੀ ਆ ਆਈਸਕ੍ਰੀਮ, ਆਈਸਕ੍ਰੀਮ ਇੱਕਦਮ ਟੌਪ ਕਲਾਸ ਹੁੰਦੀ ਜੀ, ਅਤੇ ਹੁਣ ਬਸ ਆਈਸਕ੍ਰੀਮ ਖਾਂਦੇ ਹਾਂ ਅਤੇ ਚੱਲਦੇ ਹਾਂ ਘਰ ਨੂੰ ਅਤੇ ਬਿਲੋਂਗ ਕਰਦੇ ਹਾਂ ਐਂਡ। ਕਵੀ ਦਾ ਚੱਲੇ ਜੀ ਆਪਾਂ ਘਰ ਵੱਲ ਨੂੰ, ਡਰਾਈਵਰ ਬਾਈਪਾਸ ਤੇ ਹੈਗੇ ਆ ਮੇਨ ਰੋਡ ਤੇ, ਬਾਕੀ ਬਲੌਗ ਦੀ ਐਡਿੰਗ ਕਰ ਕਰਦੇ ਹਾਂ। ਲੋ ਵੀ ਸੁੱਖੇ ਦੀ ਦੁਕਾਨ ਤੇ ਆ ਗਏ ਆਪਾਂ। ਠੀਕ ਆ, ਇੱਕ ਮਿੰਟ ਮੈਂ ਟਾਰਚ ਆਨ ਕਰ ਲਾ, ਬੰਡੀ ਕਾਲਾ ਵੇਖਣ ਦਿਆ, ਚਿੱਟਾ ਵੇਖਣ ਦਿਆ, ਮੈਂ ਵੀ ਆ ਰਹੇ, ਅਤੇ ਚਲੋ ਵਲੌਗ ਘੈਂਟ ਲੱਗਾ ਹੋਊਗਾ, ਸਬਸਕ੍ਰਾਈਬ ਕਰ ਲਿਓ ਅਤੇ ਦੱਸਿਓ ਇੱਦਾਂ ਦੇ ਹੋਰ ਹੀ ਫੂਡ ਰਿਲੇਟਡ ਕਰਦੇ ਆ ਵਲੌਗ, ਤੁਹਾਨੂੰ ਫੂਡ ਦੇ ਰਿਲੇਟਡ ਵੀ ਨਾ ਵੱਖਰੇ ਵਲੌਗ ਦੇਵਾਂਗੇ, ਪੂਰੇ ਘੈਂਟ ਘੈਂਟ ਤੇ ਵੱਖਰੀ ਵੱਖਰੀ ਆਈਟਮਾਂ ਦੇ। ਠੀਕ ਆ, ਅਤੇ ਚਲੋ ਮਾਰਕੀਟ 'ਚ ਜ਼ਰੂਰ ਵਿਜਿਟ ਕਰਿਓ, ਬਹੁਤ ਹੀ ਘੈਂਟ ਮਾਰਕੀਟ, ਆਪਾਂ ਤਾਂ ਉੱਥੇ ਜਾਈਦਾ ਜਦੋਂ ਖਾਣਾ ਪੀਣਾ ਕੁਛ ਹੋਵੇ, ਅਤੇ ਮਿਲਦੇ ਆਪਾਂ ਅਗਲੇ ਵਲੌਗ ਵਿੱਚ, ਕਮੈਂਟ ਕਰਕੇ ਦੱਸਿਓ ਤੁਹਾਡੀ ਫੇਵਰੇਟ ਖਾਣ ਵਾਲੀ ਚੀਜ਼ ਕਿਹੜੀ ਹੈਗੀ ਆ। ਓਕੇ ਬਾਏ, ਟਾਟਾ।